ਸਤਿ ਸ੍ਰੀ ਅਕਾਲ ਦੋਸਤੋ ਗੱਲ ਕਰਨ ਜਾ ਰਹੇ ਆ ਅਫਨਾਸ ਮਨਿਸਟਰ ਹਰਪਾਲ ਚਿਮਾ ਤੇ ਅਮਰਿਤਪਾਲ ਜਤੰਦਸਨ ਦੋਸਤੋ ਵਾਰਿਸ ਪੰਜਾਬ ਦੀ ਚਸੇਬੰਦੀ ਹੋ ਗਈ ਹੈ ਉਹਦੇ ਲੀਡਰ ਨੇ ਅਮਰਿਤਪਾਲ ਦੀ ਅਮਰਿਤਪਾਲ ਸਿੰਘ ਬਾਰੇ ਦੋਸਤੋ ਹਰਪਾਲ ਚਿਮਾ ਨੇ ਕਿਹਾ ਕਿ ਇਹਨਾਂ ਦੀ ਪੂਰੀ ਜਾਂਚ ਕੀਤੀ ਜਾਏਗੀ ਤੁਹਾਨੂੰ ਦੱਸ ਰਹੇ ਦੋਸਤੋ ਕਿ ਰਿਪੋਰਟਰ ਵੱਲੋਂ ਸਵਾਲ ਪੁੱਛੇ ਜਾਂਦੇ ਉੱਪਰ ਕਿ ਜੋ ਪ੍ਰੋ ਖਾਲਿਸਤਾਨ ਨਾਰੇ ਲੱਗਦੇ ਪਏ ਨੇ ਆਜ਼ਾਦੀ ਦੇ ਨਾਰੇ ਲੱਗਦੇ ਪਏ ਨੇ ਤੇ ਹੋਰ ਜੋ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿ ਦਿੱਲੀ ਹਕੂਮਤ ਬਾਰੇ ਹਿੰਦੁਸਤਾਨ ਬਾਰੇ ਤੇ ਸਿੱਖਾਂ ਨੂੰ ਜੋ ਪੜਕਾਇਆ ਜਾ ਰਿਹਾ ਉਹਦੇ ਬਾਰੇ ਜੋ ਗੱਲਾਂ ਕੀਤੀਆਂ ਜਾ ਰਹੀਆਂ ਨੇ ਉਹਦੇ ਕਰਾਂਗੇ ਜੋ ਵੀ ਨਾਮ ਲੱਗਦੇ ਪਏ ਨੇ ਉਹਨਾਂ ਦੀ ਪੂਰੀ ਜਾਂਚ ਕੀਤੀ ਜਾਏਗੀ ਤੇ ਜੋ ਇਹਦੇ ਵਿੱਚ ਇਨਵੋਲ ਹੋਏਗੇ ਨੇ ਉਹਨਾਂ ਦੀ ਵੀ ਜਾਂਚ ਕੀਤੀ ਜਾਏਗੀ ਤਾਂ ਉਹਨਾਂ ਦੱਸ ਦਿੰਦੇ ਨੇ ਦੋਸਤੋ ਕਿ ਜੋ ਗਰੁੱਪ ਹੈਗਾ ਵਾਰਿਸ ਪੰਜਾਬ ਦੇ ਆਉਂਦੇ ਹੁਣ ਲੀਡਰ ਬਣੇ ਨਵੇਂ ਅਮਰਿਤਪਾਲ ਸਿੰਘ ਤੇ ਉਹਨਾਂ ਵੱਲੋਂ ਪੂਰੀ ਜੋ ਲੀਡਰਸ਼ਿਪ ਹੈ ਉਹ ਤਿਆਰ ਕੀਤੀ ਜਾ ਰਹੀ ਤੇ ਯੂਥ ਨੂੰ ਇਹ ਕਿਹਾ ਜਾ ਰਿਹਾ ਕਿ ਉਹ ਨਸ਼ੇ ਸ਼ਰਕੁਨਾਂ ਦੇ ਨਾਲ ਜੁੜਨ ਨਾ ਪੰਜਾਬੀ ਬਾਰੇ ਗੱਲ ਕਰੀਏ ਪੰਜਾਬੀ ਦੇ ਬਾਰੇ ਗੱਲ ਕਰੀਏ ਪੰਜਾਬ ਦੀ ਆਜ਼ਾਦੀ ਬਾਰੇ ਗੱਲ ਕਰੀਏ ਜੋ ਗੁਲਾਮੀ ਅਸੀਂ ਗਲੋਂ ਲਾਉਣੀ ਹੈ ਇਹਦੇ ਬਾਰੇ ਹਰਪਾਲ ਚਿਮਣੇ ਦੋਸਤੋ ਓਪਨ ਸਟੇਟਮੈਂਟ ਦੇ ਦਿੱਤੇ ਕਿ ਇਹਦੀ ਜਾਂਚ ਕੀਤੀ ਜਾਏਗੀ